हरियाणा दीयां सरहदां ते चल रहे किसान अंदोलन नूं अज चौथा दिन हो गया। अज अंदोलन तो बहुत दुखदाई खबर सामने आ रही है। तुहानूं दस दईए कि किसान अंदोलन दे विच 63 साल बजुर्ग किसान की मौत हो गई है। किसान ज्ञान सिंह दे दिल दा दौरा पैण कारण मौत होई दसी जा रही है। जानकारी अनुसार ज्ञान सिंह गुरदासपुर के पिंड चाचौकी थाणा घुमाण दा रहण वाला सी। ते दूजे पासे किसान जथेबंदियां वल्लों ज्ञान सिंह नूं अंदोलन दा पहला शहीद ऐलानिया गया। साडा चाचा जी 11 तरीक नूं इत्थों किसान संघर्ष कमेटी बाबा नामदेव जी दे नाल गया हीगा। 14 तरीक नूं उत्थे बार्डर ते पहुंचे आ। हरियाणा सरकार ने जिहड़े अथरू गैस दे गोले छड्डे उहदे नाल उहदी तबीयत खराब हो गई ते निजी हॉस्पिटल दे विच दाखल करवाया सी, पर उहनां नूं नहीं फर्क पिया। फिर उह रजिंदरा हॉस्पिटल पटियाले लै गए, उत्थे सुबह 5 बजे उहनां दी डैथ हो गई। सानूं उहनां ते बहुत माण आ, असीं दीदा जाम पी गए आ। जे जरूरत पई ते असीं वी उहनां दे मगर जावांगे। ਅਸੀਂ ਵੀ ਸਿੱਧੀਆਂ ਦੇਣ ਨੂੰ ਤਿਆਰ ਜਿਨ੍ਹਾਂ ਦਿਨ ਸਰਕਾਰ ਮੰਗਾਂ ਨਹੀਂ ਮੰਨਦੀ। ਕਿਹੜੀ ਜਥੇਬੰਦੀ ਨਾਲ ਜਿਹੜੇ ਸੰਪਰਕ ਕਰਦੇ? ਸੰਘਰਸ਼ ਕਿਸਾਨ ਸੰਘਰਸ਼ ਕਮੇਟੀ ਬਾਬਾ ਨਾਮਦੇਵ। ਜਦੋਂ ਇੱਥੋਂ ਜਾਂਦੇ ਨੇ ਕਿਸਦੇ ਨਾਲ ਗਏ ਨੇ ਜਾਂ ਕਿਸ ਤਰ੍ਹਾਂ ਜਿਹੜੇ ਨੇ ਉਹਨਾਂ ਨੇ ਜਿਹੜੇ ਉੱਥੇ ਜਾ ਕੇ? ਇੱਥੋਂ ਸਾਰੇ ਸਰਪੰਚ ਜਗਦੀਪ ਸਿੰਘ ਸੀ ਇਹਨਾਂ ਦੇ ਨਾਲ ਜਾਂਦੇ ਹੁੰਦੇ ਸੀ ਅਤੇ ਪੰਧੇਰ ਜਥੇਬੰਦੀ ਨੂੰ ਸੰਬੰਧ ਸੀ। ਉਹਨਾਂ ਨਾ ਸ਼ੁਰੂ ਤੋਂ ਪਹਿਲਾਂ ਦਿੱਲੀ ਵੀ ਜਾ ਕੇ ਆਏ ਆ। ਜਦੋਂ ਦਿੱਲੀ ਧਰਨਾ ਲੱਗਾ ਸੀ ਉਦੋਂ ਵੀ ਇਹਨਾਂ ਨੇ ਉੱਥੇ ਜਾ ਕੇ ਯੋਗਦਾਨ ਪਾਇਆ ਜੀ। ਕੀ ਮੰਨਦੇ ਹਰਿਆਣਾ ਸਰਕਾਰ ਦੀ ਜਿਹੜੀ ਇਹ ਕਾਰਵਾਈ ਹੈ, ਕੋਈ ਠੀਕ ਰਹੀ ਹੈ ਕਿ ਆਪਣੇ ਦੇ ਉੱਤੇ ਹੀ ਜਿਹੜੀ ਹੈ ਇੱਦਾਂ ਵਾਟਰ ਲਾ ਕੇ ਇੱਦਾਂ ਦਾ ਰੋਕਣਾ ਜਾਂ ਇੱਦਾਂ ਦੇ ਗੁੱਟ ਚਲਾਉਣੇ, ਕੀ ਇਹ ਕੋਈ ਮੰਨਦੇ ਹੋ? ਨਾ ਜੀ, ਇਹ ਬਹੁਤ ਗਲਤ। ਹਰਿਆਣੇ ਸਰਕਾਰ ਦੇ ਵਿੱਚ ਉਹਨੇ ਤਾਂ ਪਾਕਿਸਤਾਨ ਇੰਡੀਆ ਦਾ ਬਾਰਡਰ ਬਣਾਤਾ। ਇੱਦਾਂ ਸਦਾ ਹੀ ਇਹ ਸਰਕਾਰਾਂ ਕਿਸਾਨਾਂ ਨਾਲ ਕਰਦੀਆਂ ਆਈਆਂ ਵਾ, ਪਰ ਇੱਦਾਂ ਨਹੀਂ ਕਰਨਾ ਚਾਹੀਦਾ। ਜਿੱਦਾਂ ਕਿਸਾਨ ਉੱਥੇ ਜ਼ਖਮੀ ਹੋਏ, ਸ਼ਹੀਦੀ ਦਾ ਜਾਮ ਪੀ ਗਏ, ਪਰ ਇੱਦਾਂ ਦੇ ਬਾਰਡਰ ਨਹੀਂ ਬਣਾਉਣੇ ਚਾਹੀਦੇ। ਅਕਸਰ ਨੂੰ ਅਸੀਂ ਵੀ ਭਾਰਤੀ ਹਾਂ, ਇੰਡੀਆ ਵਾਂ, ਨਹੀਂ ਕਰਨਾ ਚਾਹੀਦਾ। ਕੀ ਮੰਗ ਹੈ? ਮੰਗ ਇਹੋ ਹੀ ਹੈ ਸਰਕਾਰ ਵਾਲੇ ਨੂੰ ਵੀ ਸਾਡਾ ਕਰਜ਼ਾ ਮਾਫ਼ ਹੋਣਾ ਚਾਹੀਦਾ ਵਾ। ਘਰੋਂ ਮਾਤੜ ਇੱਕ ਕਿੱਲਾ ਜ਼ਮੀਨ ਦਾ ਸੀਗਾ, ਇਹ ਤਾਂ ਗੁੰਜ ਗੁਜ਼ਾਰਾ ਕਰਦੇ ਸੀਗੇ। ਹੁਣ ਵੀ ਜੇ ਜ਼ਰੂਰਤ ਪੈਂਦੀ ਹੈ ਅਸੀਂ ਜਾਵਾਂਗੇ। ਸਾਨੂੰ ਵੀ ਸਿੱਧੀਆਂ ਪਾਉਣ ਦੀ ਲੋੜ ਪਈ, ਅਸੀਂ ਵੀ ਜਾਵਾਂਗੇ। ਕੀ ਨਾਮ? ਉਹਨਾਂ ਦਾ ਗਿਆਨ ਸਿੰਘ ਨਾਮ ਸੀਗਾ। ਪਰਿਵਾਰ ਤਾਂ ਉਹਨਾਂ ਦੇ ਭਰਾ ਵਾ, ਸਾਡੇ ਪਿਤਾ ਜੀ ਡੈਥ ਹੋ ਗਈ ਹੈ, ਸਾਡੇ ਕੋਲ ਹੀ ਰਹਿੰਦੇ ਸੀ। ਜਦੋਂ ਉਹਨਾਂ ਦਾ ਵਿਆਹ ਆਇਆ, ਉਹਨਾਂ ਦੇ ਘਰ ਦੇ ਗੁਜ਼ਰ ਗਏ ਸੀ, ਬੱਚਾ ਉਹਨਾਂ ਦਾ ਕੋਈ ਨਹੀਂ ਸੀ। ਸ਼ੁਰੂ ਤੋਂ ਸਾਡੇ ਵਿੱਚ ਹੀ ਰਹਿੰਦੇ ਸੀਗੇ ਸਾਨੂੰ। ਉਦੋਂ ਵੀ 15 ਦਿਨ ਉੱਥੇ ਲਾ ਕੇ ਆਏ ਸੀਗੇ। ਉਦੋਂ ਵੀ DC ਸਰਪੰਚ ਹੀ ਸਾਡੇ ਪਿੰਡ ਦਾ ਜਗਦੀਪ ਸਿੰਘ, ਉਹ ਨਾਲ ਲੈ ਕੇ ਗਏ ਦਿੱਲੀ। ਉਦੋਂ ਵੀ ਜਾਂਦੇ ਸੀ, ਜਿੱਥੇ ਧਰਨਾ ਲੱਗਦਾ ਸੀ ਉਹ ਮੂਹਰੇ ਹੋ ਕੇ ਨਾਲ ਜਾਂਦੇ ਸੀ।